ਸ਼੍ਰੀਕਾਲ ਨਮਸਕਾਰ ਕਿੱਦਾਂ ਜੀ ਅਤੇ ਦੇਸੀ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਅਕਸਰ ਹੀ ਅਸੀਂ ਪੰਜਾਬੀ ਮੂਵੀਜ਼ 'ਚ ਇੱਕ ਵਿਲਨ ਨੂੰ ਦੇਖਦੇ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਅੰਦਾਜ਼ਾ ਤਾਂ ਹੋਣਾ ਹੀ ਆ ਕਿ ਪੰਜਾਬੀ 'ਚ ਰੇਅਰ ਹੀ ਵਿਲਨਸ ਹੈਗੇ ਆ ਜਿਹੜੇ ਕਰੈਕਟਰ ਕਰਦੇ ਨੇ ਅਤੇ ਸਾਡੇ ਨਾਲ ਅੱਜ ਇਹੀ ਵਿਲਨ ਹੈਗੇ ਨੇ ਅਤੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ, ਤੁਹਾਡੀ ਨਵੀਂ ਮੂਵੀ ਆ ਰਹੀ ਹੈ, ਹੈ ਨਾ? ਅਸੀਂ ਜਿੱਦਾਂ ਦਾ ਅੱਜ ਪੋਸਟਰ ਰਿਲੀਜ਼ ਹੋਇਆ ਹੈ ਜ਼ਿੰਦਗੀ ਜ਼ਿੰਦਾਬਾਦ, ਉਹ 'ਚ ਕਿੱਦਾਂ ਦਾ ਕਰੈਕਟਰ ਤੁਸੀਂ ਕਰਦੇ ਨਜ਼ਰ ਆਓਗੇ? ਐਕਚੁਲੀ ਉਹਦੇ 'ਚ ਮੇਰਾ ਜਿਹੜਾ ਕਰੈਕਟਰ ਹੈ ਉਹ ਰੀਅਲ ਲਾਈਫ ਕਰੈਕਟਰ ਹੈ, ਜਿਹੜੇ ਕਿ ਮਤਲਬ ਕਿ ਅਸਲ ਜ਼ਿੰਦਗੀ ਦੇ ਕਰੈਕਟਰ ਨੇ ਉਹ, ਜਿਨ੍ਹਾਂ ਨੇ ਉਹ ਬਾਕੀ ਲਾਈਫ ਦੇ ਵਿੱਚ ਹੋਏ ਨੇ ਉਹ ਕਰੈਕਟਰ। ਉਹਦਾ ਨਾਮ ਹੈਗਾ ਮਹਾਵੀਰ। ਅਤੇ ਮਤਲਬ ਕਿ ਫਿਲਮ ਤੁਸੀਂ ਸੁਣਿਆ ਹੀ ਅੰਦਰ ਕਿ ਡਰੱਗਸ 'ਤੇ ਬੇਸ ਹੈ ਫਿਲਮ, ਅਤੇ ਉਹ ਵੀ ਇੱਕ ਡਰੱਗ ਡੀਲਰ ਟਾਈਪਸ ਕੁਛ ਹੈ ਇਸ ਤਰ੍ਹਾਂ ਦੀ ਗੱਲਬਾਤ, ਮੈਂ ਜ਼ਿਆਦਾ ਰਿਵੀਲ ਨਹੀਂ ਕਰ ਸਕਦਾ। ਅਤੇ ਮਲੋਟ ਏਰੀਏ ਦਾ ਕਰੈਕਟਰ ਸੀ ਉਹ, ਅਤੇ ਲਾਈਵਲੀ ਕਰੈਕਟਰ ਹੈ, ਵਧੀਆ, ਗੁੱਡ ਹੈ। ਅਸੀਂ ਅਗਰ ਗੱਲ ਕਰੀਏ ਤਾਂ ਜਿਹੜੀ ਅੱਜ ਕੱਲ੍ਹ ਮੂਵੀਜ਼ ਆ ਰਹੀਆਂ ਨੇ ਉਹ ਮੋਸਟਲੀ ਕਾਮੇਡੀ ਹੁੰਦੀਆਂ, ਹੈ ਨਾ? ਕਿ ਬਹੁਤ ਹੀ ਰੇਅਰ ਪਿਕਚਰਸ ਹੈਗੀਆਂ ਕਿ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਡਿਫਰੈਂਟ ਕੰਟੈਂਟ ਦੀਆਂ ਨੇ। ਉੱਤੋਂ ਤੁਸੀਂ ਇੱਕ ਇਹ ਮੁੱਦਾ, ਜਿਹੜੇ ਲੇਟੈਸਟ ਮੂਵੀ ਆ ਰਹੀ ਹੈ ਤੁਹਾਡੀ, ਉਹ 'ਚ ਕਾਫੀ ਡਿਫਰੈਂਟ ਕਨਸੈਪਟ ਹੈ। ਫਸਟ ਆਫ ਆਲ ਤਾਂ ਬਾਇਓਪਿਕ ਹੈਗੀ ਹੈ, ਹੈ ਨਾ? ਇੱਕ ਦੂਸਰਾ ਮੁੱਦਾ ਜਿਹੜਾ ਹੈਗਾ ਉਹ ਡਰੱਗਸ ਦਾ ਇਹਦੇ 'ਚ ਉਠਾਇਆ ਗਿਆ ਹੈ। ਅਤੇ ਤੁਹਾਨੂੰ ਨਹੀਂ ਲੱਗਦਾ ਕਿ ਐਸੀ ਮੂਵੀਜ਼ ਨੂੰ ਸਾਡੀ ਪੰਜਾਬ ਗੌਰਮੈਂਟ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਹੈ? ਕਿਉਂਕਿ ਅਗਰ ਦੇਖਿਆ ਜਾਏ ਤਾਂ ਸਭ ਤੋਂ ਜ਼ਿਆਦਾ ਅਗਰ ਡਰੱਗ ਐਡਿਕਟ ਨੇ ਤਾਂ ਉਹ ਸਾਡੇ ਪੰਜਾਬ 'ਚ ਹੀ ਨੇ। ਐਗਜੈਕਟਲੀ ਐਗਜੈਕਟਲੀ, ਬਿਲਕੁਲ ਕਰਨਾ ਚਾਹੀਦਾ। ਤੁਹਾਡਾ ਕੁਐਸਚਨ ਬਹੁਤ ਵਧੀਆ। ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਆਪਾਂ ਲੋਕਾਂ ਨੂੰ ਅਵੇਅਰਨੈਸ ਦੇਈਏ ਕਿ ਡਰੱਗਸ ਬਹੁਤ ਮਾੜੀ ਚੀਜ਼ ਹੈ, ਇਹਦੇ ਬਹੁਤ ਬੁਰੇ ਸਿੱਟੇ ਨਿਕਲਦੇ ਨੇ, ਔਰ ਇਹਦੇ ਤੋਂ ਐਸੀ ਵੀ ਗੱਲ ਨਹੀਂ ਕਿ ਇਹਨੂੰ ਓਵਰਟੇਕ ਵੀ ਕੀਤਾ ਜਾ ਸਕਦਾ। ਜੇ ਕੋਈ ਡਰੱਗ ਦੇ ਦਲਦਲ 'ਚ ਫਸ ਗਿਆ ਤਾਂ ਉਹਦੇ 'ਚ ਨਿਕਲ ਵੀ ਸਕਦੇ ਹੈ। ਅਸੀਂ ਇਹੀ ਚੀਜ਼ ਉਹਦੇ 'ਚ ਦੱਸੀ ਹੈ, ਅਤੇ ਇਹੀ ਸਾਡੀ ਕੋਸ਼ਿਸ਼ ਹੈ ਕਿ ਸਾਡੀ ਜਿਹੜੀ ਜਵਾਨੀ ਹੈ ਉਹ ਇਹਦੇ 'ਚੋਂ ਨਿਕਲੇ ਅਤੇ ਜ਼ਿੰਦਗੀ ਜ਼ਿੰਦਾਬਾਦ ਕਰੇ, ਕਿਉਂਕਿ ਜ਼ਿੰਦਗੀ ਜ਼ਿੰਦਾਬਾਦ ਹੀ ਹੈ। ਕਿਉਂਕਿ ਅਗਰ ਦੇਖਿਆ ਜਾਏ ਤਾਂ ਜਿਨ੍ਹਾਂ 'ਤੇ ਬਿਕ ਬਣ ਰਹੀ ਨੇ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਜ਼ਿੰਦਾਬਾਦ ਕੀਤੀ ਨੇ, ਨਸ਼ੇ ਦੀ ਦਲਦਲ 'ਚੋਂ ਨਿਕਲੇ ਨੇ, ਅਤੇ ਇੱਕ ਬਹੁਤ ਹੀ ਅੱਛਾ ਮੈਸੇਜ ਆ ਰਿਹਾ ਹੈਗਾ ਹੈ। ਅਤੇ ਆਈ ਵਿਸ਼ ਕਿ ਗੌਰਮੈਂਟ ਸ਼ੁੱਡ ਆਲਸੋ ਟੇਕ ਪਾਰਟ ਐਂਡ ਕੰਟਰੀਬਿਊਟ ਟੂ ਦਿਸ ਪ੍ਰਮੋਸ਼ਨ ਆਫ ਦਿਸ ਮੂਵੀ, ਹੈ ਨਾ? ਅਤੇ ਇਨ ਫਿਊਚਰ ਤੁਸੀਂ ਕਿੱਦਾਂ ਦੀ ਮੂਵੀਜ਼ ਹੋਰ ਕਰੋਗੇ? ਮੂਵੀਜ਼ ਕਾਫੀ ਆ ਰਹੀ ਹੈ ਮੇਰੀਆਂ, ਰੋਮਾਂਟਿਕ ਮੂਵੀ ਵੀ ਆ ਰਹੀ ਹੈ, ਇਸ਼ਕ ਬਹੁਤ ਵੱਡੀ ਫਿਲਮ ਆ ਉਹ, ਫਿਰ ਜੱਦੀ ਸਰਦਾਰ, ਉਹ ਥੋੜ੍ਹੀ ਆਪਣੀ ਕਲਚਰ ਪੰਜਾਬ ਦੇ ਕਲਚਰ 'ਤੇ ਆ, ਫਿਰ ਕਹੀ ਹੈ ਕਿ ਜ਼ਿੰਦਗੀ ਜ਼ਿੰਦਾਬਾਦ, ਇਹ ਟੋਟਲੀ ਡਿਫਰੈਂਟ ਹੈ ਡਰੱਗਸ 'ਤੇ ਆ। ਅਲੱਗ ਅਲੱਗ ਕਨਸੈਪਟ ਦੀ ਫਿਲਮਾਂ ਆ ਰਹੀਆਂ ਔਰ ਪੰਜਾਬੀ ਇੰਡਸਟਰੀ ਗਰੋ ਅਪ ਕਰ ਰਹੀ ਹੈ, ਐਂਡ ਇਟਸ ਗੁੱਡ। ਥੈਂਕਸ ਫੋਰ ਟਾਕਿੰਗ ਟੂ ਅਸ ਸਰ, ਕਿ ਅਸੀਂ ਵਿਸ਼ ਕਰਦੇ ਹਾਂ ਕਿ ਤੁਹਾਡੀਆਂ ਮੂਵੀ ਵੀ ਸਾਰੀਆਂ ਮੂਵੀਜ਼ ਵਾਂਗ ਹਿੱਟ ਜਾਏ। ਥੈਂਕ ਯੂ ਸੋ ਮਚ।